The next Shabad that we are going to sing together is by Tan Tan Sri Guru Arjan Dev Ji Maharaj. It's a very common Shabad. Sajanada, Mera Sajanada, Nikat Khaloeda, Mera Sajanada. ਇੱਥੇ ਗੁਰੂ ਮਹਾਰਾਜ ਜੀ ਕਹਿੰਦੇ ਨਾ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਵਾ, ਭਈ ਆਪਣਾ ਸਾਜਣੜਾ, ਆਪਣਾ ਪਰਮਾਤਮਾ ਆਪਣੇ ਇੰਨੇ ਨੇੜੇ ਵਾ, ਨਿਖਟ ਖਲੋਇੜਾ. ਪਰ ਨਿਖਟ ਤੋਂ ਫਿਰ ਗੁਰੂ ਜੀ ਕਹਿੰਦੇ ਵਾ, ਆਮ ਜਸਟ ਗੋਇੰਗ ਟੂ ਟੇਕ ਸਮ ਆਫ ਦ ਪੰਗਤੀਆਂ, ਵੀ ਕਾਂਟ ਡੂ ਦ ਹੋਲ ਸ਼ਬਦ ਡਿਊ ਟੂ ਟਾਈਮ ਰਿਸਟ੍ਰੇਨ. ਗੁਰੂ ਜੀ ਕਹਿੰਦੇ ਵਾ, ਘੱਟ ਘੱਟ ਸੋਇਆ, ਦੈਟ ਮੀਨਸ ਘੱਟ ਘੱਟ ਮੀਨਸ ਆਪਣੇ ਵਿੱਚ ਹੀ ਆ ਗੁਰੂ ਜੀ. ਐਕਚੁਲੀ ਉਹ ਇੰਨਾ ਨੇੜੇ ਵਾ ਅਤੇ ਆਪਣੇ ਵਿੱਚ ਹੀ ਆ. ਅਤੇ ਇੱਥੇ ਆਪਾਂ ਦੇਖਦੇ ਹਾਂ, ਗੁਰੂ ਜੀ ਹੈਸ ਮੈਨਸ਼ਨ ਸਾਜਨੜਾ. ਵੀ ਕੌਲ ਆਵਰ ਪਰਮਾਤਮਾ ਇਨ ਮੈਨੀ ਵੇਸ, ਪਿਤਾ ਜੀ, ਮਾਤਾ ਜੀ, ਯੂ ਨੋ ਬੰਧਕ, ਸੋ ਮੈਨੀ ਥਿੰਗਸ ਨਾ, ਈਵਨ ਹਸਬੈਂਡ ਸਮਟਾਈਮਸ. ਬਟ ਦੈਨ ਹੀਅਰ ਗੁਰੂ ਜੀ ਸੇ ਯੋਰ ਫਰੈਂਡ. ਐਂਡ ਵੈਨ ਵੀ ਟਾਕ ਅਬਾਊਟ ਫਰੈਂਡ, ਵਟ ਆਰ ਵੀ ਲੁਕਿੰਗ ਫੋਰ ਇਨ ਅ ਫਰੈਂਡ? ਲੋਇਲਟੀ. That's the main thing. And somebody who is going to be there for you when you need them. And what better friend is there than our own Paramatma, our own Creator? Because this friend is so loyal and he's going to be there for you all the time. Eva ek bandhap ek mitr jehda tuhade naal hi rehnda va hamesha. Sare chhad ke chal jaange no matter what. But this Sajanara is going to be with you at all times. Then Guruji says, Janiyada har janari, Janiyada. Here Janiyada means Jana, my beloved. And Nan aloida har janiyada. Nan aloida here means to be seen. But this is not seen by our physical eyes. It's about seeing Guruji in a very spiritual way, spiritual eyes. So Guruji then goes on to say na, ਨਾਲ ਹੋਵੰਦਾ ਲਹੇ ਨਾ ਸਕੰਦਾ. ਉਹ ਨਾਲ ਹੁੰਦਾ ਪਰ ਆਪਾਂ ਨੂੰ ਦਿਸਦਾ ਹੀ ਨਹੀਂ. ਸਵਾਓ ਨਾ ਜਾਣੇ ਮੂੜਾ, ਮੂੜਾ ਮੀਨਸ ਐਕਚੁਲੀ ਮੂਰਖ. ਦ ਲਿਟਰਲ ਮੀਨਿੰਗ ਆਫ ਮੂੜਾ ਇਜ਼ ਐਕਚੁਲੀ ਅ ਫੂਲ. ਵੀ ਆਰ ਸੱਚ ਫੂਲਸ. ਉਹ ਆਪਣੇ ਇੰਨੇ ਨੇੜੇ ਵਾ ਅਤੇ ਆਪਾਂ ਨੂੰ ਉਹ ਦਿਸਦਾ ਹੀ ਨਹੀਂ. ਸਵਾਓ ਨਾ ਜਾਣੇ, ਸਵਾਓ ਮੀਨਸ ਉਹਦਾ ਸਵਾਦ ਹੀ ਨਹੀਂ ਆਪਾਂ ਜਾਣਦੇ. ਬਿਫੋਰ ਦੈਟ, ਸੋਰੀ ਦ ਲਾਈਨ ਨਾ, ਨੈਣ ਅਲੋਇਆ ਘੱਟ ਘੱਟ ਸੋਇਆ. ਉਹ ਆਪਣੇ ਵਿੱਚ ਹੀ ਆ. ਅਤ ਅੰਮ੍ਰਿਤ ਪ੍ਰਿਆ ਗੂੜਾ, ਗੁਰੂ ਜੀ ਸਿੰਘ ਉਹ ਇੰਨਾ ਮਿੱਠਾ ਵਾ. ਅਤ ਅੰਮ੍ਰਿਤ ਪ੍ਰਿਆ ਗੂੜਾ, ਪਰ ਉਹ ਆਪਾਂ ਸਵਾਦ ਜਾਣਦੇ ਨਹੀਂ. ਵਾਈ? ਬਿਕੋਸ ਵੀ ਸੇ ਦੈਟ ਇਜ਼ ਨੀਅਰ ਬਾਈ, ਵੀ ਕੀਪ ਟਾਕਿੰਗ ਅਬਾਊਟ ਇਟ, ਬਟ ਡੂ ਵੀ ਰੀਅਲੀ ਬਿਲੀਵ ਦੈਟ ਗੁਰੂ ਜੀ ਇਜ਼ ਰਾਈਟ ਹੇਅਰ ਵਿਦ ਅਸ, ਵਿਦ ਇਨ ਅਸ ਇਨ ਫੈਕਟ? ਕਿਉਂਕਿ ਆਪਾਂ ਸਾਰੇ ਵਿਅਸਤੇਂ ਇਨ ਐਨ ਇਲਿਊਜ਼ਨ. ਇਲਿਊਜ਼ਨ ਆਫ ਵਟ? ਮਾਇਆ ਮਦ ਮਾਤਾ, ਹੋਸ਼ੀ ਮਾਤਾ. ਹੋਸ਼ੀ ਮਾਤਾ ਆਪਾਂ ਬੋਲੀ ਜਾਂਦੇ ਹਾਂ. ਵੀ ਬੈਬਲ ਅਬਾਊਟ ਅਨਨੈਸੈਸਰੀ ਥਿੰਗਸ, ਟ੍ਰੀਵੀਅਲ ਥਿੰਗਸ. ਮਾਇਆ ਮਦ ਮਾਤਾ, ਵੀ ਆਰ ਇੰਟੋਕਸੀਕੇਟਡ ਬਾਈ ਦ ਵਾਈਨ ਆਫ ਮਾਇਆ. ਵੀ ਆਰ ਸੋ ਐਂਗਰੋਸਡ ਇਨ ਦ ਵਰਲਡ ਆਊਟਸਾਈਡ ਅਸ ਦੈਟ ਵੀ ਹੈਵ ਫੋਰਗੋਟਨ ਵਟਸ ਹੈਪਨਿੰਗ ਵਿਦ ਇਨ ਅਸ, which is the most important thing. Milan na jai param tada, apa parma de vich ae fase hoye va, apa onu milan ni jande, milda hi ni ho. Whichever way you put it, we are not in contact with our Creator. Finally Guruji says, koh nanak gur bin nahi sujai, har sajan sabke nikt khada. Guruji saryan de
ਖੜਾ ਵਾ ਪਰ ਆਪਾਂ ਨੂੰ ਦਿਸਦਾ ਨਹੀਂ ਕਿਉਂ ਗੁਰ ਬਿਨ ਨਾਹੀ ਸੁਝੈ ਵਾਹਿਗੁਰੂ ਦੇ ਬਿਨਾਂ ਗੁਰੂ ਦੇ ਬਿਨਾਂ ਆਪਾਂ ਨੂੰ ਇਹ ਸੋਝੀ ਪੈਣੀ ਨਹੀਂ ਵੀ ਵਿਲ ਨੋਟ ਅੰਡਰਸਟੈਂਡ ਦਿਸ ਵਿਦਆਊਟ ਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਸੋ ਹਾਊ ਡੂ ਵੀ ਅੰਡਰਸਟੈਂਡ ਗੁਰੂ ਬਾਈ ਲੁਕਿੰਗ ਐਟ ਬਾਣੀ ਦੈਨ ਅਗੇਨ ਹੀਅਰ ਗੁਰੂ ਮਹਾਰਾਜ ਜੀ ਅਗੇਨ ਐਮਫਸਾਈਜ਼ਸ ਦ ਇੰਪੋਰਟੈਂਸ ਆਫ ਗੁਰਬਾਣੀ ਵਿਦਆਊਟ ਗੁਰਬਾਣੀ ਆਪਾਂ ਨੂੰ ਗੁਰੂ ਨਹੀਂ ਮਿਲਣਾ ਅਤੇ ਵਿਦਆਊਟ ਗੁਰੂ ਵੀ ਆਰ ਨੋਟ ਗੋਇੰਗ ਟੂ ਬੀ ਏਬਲ ਟੂ ਫੀਲ ਦੈਟ ਮਿਠਾਸ ਉਹ ਅੰਮ੍ਰਿਤ ਆਪਾਂ ਨੂੰ ਕਦੇ ਵੀ ਨਹੀਂ ਮਿਲਣਾ ਬਿਕੋਜ ਆਪਾਂ ਗੁਰੂ ਬਾਣੀ ਯੂ ਨੋ ਵੀ ਹੈਵ ਟੂ ਰੀਡ ਵੀ ਹੈਵ ਟੂ ਲਿਸਨ ਵੀ ਹੈਵ ਟੂ ਪੁੱਟ ਗੁਰਬਾਣੀ ਐਂਡ ਵੀ ਹੈਵ ਟੂ ਯੂਜ਼ ਗੁਰਬਾਣੀ ਇਨ ਆਵਰ ਡੇਲੀ ਲਾਈਫ ਹਾਊ ਡੂ ਵੀ ਯੂਜ਼ ਗੁਰਬਾਣੀ ਫਸਟ ਵੀ ਮਸਟ ਨੋ ਦੈਟ ਇਟਸ ਵਿਦ ਦੈਟ ਲਾਈਟ ਇਜ਼ ਵਿਦ ਇਨ ਅਸ ਬਟ ਵੈਨ ਵੀ ਸੇ ਇਟਸ ਵਿਦ ਇਨ ਅਸ ਦੈਟ ਮੀਨਸ ਇਟਸ ਵਿਦ ਇਨ ਐਵਰੀ ਵਨ ਆਫ ਅਸ ਸੋ ਹੂ ਐਵਰ ਯੂ ਇੰਟਰੈਕਟ ਵਿਦ ਵੈਦਰ ਇਟਸ ਅ ਚਾਈਲਡ ਵੈਦਰ ਇਟਸ ਐਨ ਓਲਡਰ ਪਰਸਨ ਵੈਦਰ ਇਟਸ ਯੋਰ ਸਬ ਆਰਡੀਨੇਟ ਐਵਰੀਬਡੀ ਹੈਜ਼ ਦੈਟ ਲਾਈਟ So until and unless we don't understand this concept, we are not going to be able to feel that sweetness. We are going to stay swao na jane mura. So Sangat ji, let's sing this Shabad and try to feel this Shabad from within. To see gao de apne aap nu suno, what are you all saying? And tell Guruji, you know, we are here. Sangat cha baithe ma, please be my friend, be with me always. Because this is what Guruji is trying to tell us through this Shabad. So Sat Sangat Ji, we are going to sing this Shabad together. Sajanada, mera sajanada, nikat khaloida, mera sajanada. ਨਿਕਟ ਖਲੋਇ